ਐਨ ਘਰ ਤੇ ਜਰਾ ਕਰਨ ਲੱਗੇ ਘਰ ਹਾਂਜੀ ਹਾਂਜੀ ਜਗੀਰ ਸਿੰਘ ਪਾਰਟੀ ਦਾ ਇਹ ਵਰਸ਼ਨ ਹੈ ਕਿ ਅਸੀਂ ਇਹਨਾਂ ਡੇਰਿਆਂ ਦੇ ਵੋਟਾਂ ਆਖਣ ਜਾ ਰਹੇ ਸੀ, ਇਹਨੇ ਸਾਨੂੰ ਰੋਕਿਆ ਤੇ ਇੱਥੇ ਰਸਤੇ 'ਚ ਲੜਾਈ ਹੋ ਗਈ ਜਿਹਦੇ ਵਿੱਚ ਗੋਲੀ ਚੱਲੀ ਤੇ ਇਧਰੋਂ ਇਹਨਾਂ ਦਾ ਇੱਕ ਬੰਦਾ ਮਰ ਗਿਆ। ਇਹ ਦੋਨੇ ਪਾਰਟੀਆਂ ਇੱਕ ਦੂਜੇ ਦੇ ਕਹਿ ਰਹੇ ਆ ਕਿ ਉਹਨਾਂ ਚਲਾਈ ਉਹਨਾਂ ਚਲਾਈ, ਮਤਲਬ ਜਗੀਰ ਸਿੰਘ ਪਾਰਟੀ ਦਾ ਵਰਸ਼ਨ ਹੈ ਵੀ ਇਹਨਾਂ ਵੱਲੋਂ ਫਾਇਰ ਹੋਏ, ਇਹਨਾਂ ਦਾ ਜਿਹੜੀ ਹੈਗੀ ਆ ਮਾਸਟਰ ਮਨਜੀਤ ਸਿੰਘ ਦੀ ਪਾਰਟੀ, ਇਹਨਾਂ ਦਾ ਵਰਸ਼ਨ ਹੈ ਕਿ ਫਾਇਰ ਉਹਨਾਂ ਵੱਲੋਂ ਹੋਏ। ਇਹ ਜਿਹੜਾ ਬੰਦਾ ਵਿੱਚ ਗੁਰਜਿੰਦਰ ਸਿੰਘ ਆ ਇਹਦੀ ਇੱਥੇ ਮੌਕੇ ਤੇ ਡੈਥ ਹੋਈ ਆ, ਤੇ ਦੂਜਾ ਬੰਦਾ ਜਿਹੜਾ ਜਗੀਰ ਸਿੰਘ ਪਾਰਟੀ ਦਾ ਸੀ ਬਲਕਾਰ ਸਿੰਘ, ਉਹਦੇ ਵੀ ਛਾਤੀ ਦੇ ਵਿੱਚ ਗੋਲੀ ਲੱਗੀ ਆ, ਉਹਦੀ ਵੀ ਉੱਥੋਂ ਪਿੱਛੇ ਜਾ ਕੇ ਪਿੰਡ ਦੇ ਲਾਗੇ ਡੈਥ ਹੋਈ ਆ। ਇਹ ਹੁਣ ਜਾ ਕੇ ਅਸੀਂ ਚੰਗੀ ਤਰ੍ਹਾਂ ਦੇ ਬਿਆਨ ਲਿਖ ਕੇ ਸਪਸ਼ਟ ਕਰਾਂਗੇ ਕਿ ਅਸਲੀਅਤ ਕੀ ਹੈ। ਹਥਿਆਰ ਜਗੀਰ ਸਿੰਘ ਪਾਰਟੀ ਦੇ ਜਮ੍ਹਾਂ ਨੇ ਜੀ, ਤੇ ਇਹ ਜਿਹੜੀ ਪਾਰਟੀ ਹੈ ਮਨਜੀਤ ਸਿੰਘ ਦੀ, ਇਹਨਾਂ ਕੋਲ ਹਥਿਆਰ ਹੈ ਹੀ ਕੋਈ ਨਹੀਂ, ਇਹਨਾਂ ਬਾਹਰੋਂ ਬੰਦੇ ਬੁਲਾਏ ਆ। ਕੁਛ ਹਾਂ ਇਹ ਤਾਂ ਹੈ ਸੀ, ਇੱਕ ਪਾਸੇ ਅਕਾਲੀ ਪਾਰਟੀ ਦੇ ਸਮਰਥਕ ਸੀ, ਇੱਕ ਪਾਸੇ ਕਾਂਗਰਸ ਪਾਰਟੀ ਦੇ ਸਮਰਥਕ ਸੀ। ਨਹੀਂ ਨਹੀਂ ਸਿਰਫ ਦੋ ਲੋਕਾਂ ਦੀ ਡੈਥ ਹੋਈ ਹੈ, ਇੱਕ ਬੰਦਾ ਇਧਰੋਂ ਇੰਜਰਡ ਆ ਜਗੀਰ ਸਿੰਘ ਪਾਰਟੀ ਵੱਲੋਂ, ਇੱਕ ਬੰਦਾ ਇੰਜਰਡ ਆ ਉਸ ਹੈੱਡ ਇੰਜਰੀ ਹੋਈ ਆ, ਉਸ ਹਸਪਤਾਲ ਚਲ ਗਿਆ। ਇਧਰੋਂ ਵੀ ਇੱਕ ਦੋ ਬੰਦੇ ਇੰਜਰਡ ਆ ਜਿਹੜੇ ਹਸਪਤਾਲ ਗਏ, ਉੱਥੇ ਜਾ ਕੇ ਪਤਾ ਕਰਦੇ ਹਾਂ।